ਫਾਈਨਲ 40 ਡੇਜ਼ ਦੇ ਵਿੱਚ ਕੋਆਪਰੇਟਿਵ ਇਨਸਪੈਕਟਰ ਨੂੰ ਕਰੈਕ ਕਰਨ ਵਾਸਤੇ ਕੁਝ ਬਹੁਤ ਇੰਪੋਰਟੈਂਟ ਟਿਪਸ, ਕੁਝ ਸਟ੍ਰੈਟੇਜਿਕ ਡਿਸੀਜਨ ਜਿਹੜੇ ਤੁਸੀਂ ਇਸ ਟਾਈਮ ਤੇ ਲੈ ਸਕਦੇ ਹੋ, ਇਹ ਨੇ ਕਿ ਇਸ ਟਾਈਮ ਤੇ ਜ਼ਿਆਦਾਤਰ ਜਿੰਨਾ ਤੁਸੀਂ ਪੜ੍ਹ ਸਕਦੇ ਸੀ ਤੁਸੀਂ ਪੜ੍ਹ ਚੁੱਕੇ ਹੋ। ਇਟ ਇਜ਼ ਇੰਪੋਰਟੈਂਟ ਕਿ ਤੁਸੀਂ ਹੁਣ ਕੁਝ ਨਵਾਂ ਪੜ੍ਹਨ ਨਾਲੋਂ ਰਿਵੀਜ਼ਨ ਦੇ ਉੱਤੇ ਜ਼ੋਰ ਦਿਓ। ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਇੱਕ ਜਾਂ ਦੋ ਸਬਜੈਕਟ ਤੁਹਾਡੇ ਬਹੁਤ ਵੀਕ ਰਹਿ ਗਏ ਨੇ, ਤੁਹਾਨੂੰ ਇਸ ਟਾਈਮ ਤੇ ਕਿਸੇ ਦੀ ਹੈਲਪ ਲੈ ਲੈਣੀ ਚਾਹੀਦੀ ਹੈ, ਕੋਈ ਗਾਈਡੈਂਸ, ਕੋਈ ਕਲਾਸਿਸ, ਕੋਈ ਕੋਰਸ, ਤਾਂ ਕਿ ਤੁਹਾਡੇ ਇੱਕ ਜਾਂ ਦੋ ਸਬਜੈਕਟ ਤੁਹਾਡੇ ਸਾਰੀ ਤਿਆਰੀ ਨੂੰ ਖਰਾਬ ਨਾ ਕਰ ਦੇਣ। ਦੈਨ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਬਹੁਤ ਸਾਰੇ ਟੈਸਟ ਦੇ ਕੇ ਹੀ ਐਗਜ਼ਾਮ ਦੇ ਵਿੱਚ ਜਾਓ। ਲਾਂਚਪੈਡ ਐਜੂਕੇਸ਼ਨ ਨੇ ਇੱਕ ਕੋਆਪਰੇਟਿਵ ਇੰਸਪੈਕਟਰ ਵਾਸਤੇ 62 ਟੈਸਟ ਵਾਲੀ ਟੈਸਟ ਸੀਰੀਜ਼ ਲਾਂਚ ਕੀਤੀ ਹੈ, ਜਿਹਦੇ ਵਿੱਚ ਤੁਸੀਂ 4000 ਦੇ ਕਰੀਬ ਕੁਐਸਚਨਸ ਵਿਦ ਐਕਸਪਲੇਨੇਸ਼ਨ ਸੋਲਵ ਕਰ ਸਕਦੇ ਹੋ। ਤੁਸੀਂ ਸਾਡੀ ਵੈਬਸਾਈਟ launchpadeducation.in ਤੇ ਵਿਜ਼ਿਟ ਕਰ ਸਕਦੇ ਹੋ ਐਂਡ LP ਸੁਮਿਤ ਕੋਡ ਦਾ ਇਸਤੇਮਾਲ ਕਰਕੇ ਤੁਸੀਂ 30% ਤੱਕ ਦਾ ਡਿਸਕਾਊਂਟ ਵੀ ਲੈ ਸਕਦੇ ਹੋ। ਕਿਉਂਕਿ ਲਾਸਟ ਕੁਝ ਦਿਨਾਂ ਦੇ ਵਿੱਚ ਤੁਸੀਂ ਕੀ ਕਰਦੇ ਹੋ ਇਹੀ ਡਿਸਾਈਡ ਕਰੇਗਾ ਕਿ ਕੌਣ ਇਸ ਐਗਜ਼ਾਮ ਨੂੰ ਕਰੈਕ ਕਰੇਗਾ ਅਤੇ ਕੌਣ ਨਹੀਂ ਕਰ ਪਾਏਗਾ।